ਹਾਂਜੀ ਦੋਸਤੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਤਤਾਰੀਏ ਵਾਲਾ ਮੋਗੇ ਤੋਂ ਤਕਰੀਬਨ 10 ਕਿਲੋਮੀਟਰ ਦੂਰ ਆ ਪਿੰਡ ਇਹ ਉੱਥੇ ਬਾਈ ਸੁਖਦੀਪ ਦੇ ਕੋਲੇ ਆ ਆਹ ਨੀਲੀ ਸਜਾਫ ਘੋੜੀ ਬਕਾਊ ਆ ਘੋੜੀ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਮੂਹ ਮਹਾਂਦਰੇ ਦੀ ਕੰਨਾਂ ਦੀ ਬਣਤਰ ਚੰਗੀਆਂ ਘੋੜੀ ਦੀ ਬਾਕੀ ਬਾਡੀ ਦੀ ਵੀ ਸੋਹਣੀ ਆ ਤੇ ਪੌਰੀਆਂ ਦੀ ਬਿਲਕੁਲ ਸਾਫ ਆ ਉਮਰ ਇਹ ਦੀ 4.5 ਤੋਂ ਪੌਣੇ 5 ਸਾਲਾਂ ਦੇ ਵਿੱਚ ਵਿੱਚ ਆ ਦੋਸਤੋ ਕਾਦੇ ਦਾ 60 ਇੰਚਾ ਫੱਟੀ ਵਾਲਾ ਤੇ ਇਸ ਵਕਤ ਇਹ ਘੋੜੀ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਨੁਕਰੇ ਘੋੜੇ ਅਰਜਨ ਰੌਲੀ ਵਾਲੇ ਤੋਂ ਸੋ ਸਾਊ ਠੰਡੀ ਸੀਲ ਘੋੜੀ ਆ ਇਹ 22 ਸਖਦੀਪ ਦਾ ਜਿਹੜਾ ਕੰਟੈਕਟ ਨੰਬਰ ਆ 94171 45511 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਘੋੜੀ ਰੰਗ ਬੰਨ ਦੀ ਬਹੁਤ ਜਿਆਦਾ ਸੋਹਣੀ ਆ ਤੇ ਬਾਕੀ ਬਣਤਰਾਂ ਚੰਗੀਆਂ ਨੇ ਮੂਹ ਮਹਾਂਦਰਾ ਵੀ ਸੋਹਣਾਗਾ ਤੇ ਕੁੱਲ ਮਿਲਾ ਕੇ ਬਹੁਤ ਜ਼ਿਆਦੇ ਚਾਂਸ ਹੈ ਇਹਦੇ ਨੁਕਰੇ ਬੱਚੇ ਦੇਣ ਦੇ ਪਿਛਲੇ ਸੂਏ ਵੀ ਇਹਨੇ ਨੁਕਰਾਂ ਬਸ਼ੇਰਾ ਦਿੱਤਾ ਸੀਗਾ ਤੇ ਫੋਨ ਲਾ ਲਿਓ ਬਾਈ ਸੁਖਦੀਪ ਨੂੰ ਪਿੰਡ ਤਤਾਰੀ ਵਾਲੇ ਨੂੰ ਤੇ ਉੱਥੇ ਬਾਈ ਦੇ ਪਿੰਡ ਜਾ ਕੇ ਤੁਸੀਂ ਘੋੜੀ ਨਿਰਖ ਪਰਖ ਕਰਕੇ ਖਰੀਦ ਸਕਦੇ ਹੋ ਬਾਕੀ ਕੁੱਲ ਮਿਲਾ ਕੇ ਤੁਹਾਨੂੰ ਆਪਾਂ ਕੰਡੀਸ਼ਨ ਤਾਂ ਸਾਰੀ ਦਿਖਾਈ ਦਿੱਤੀ ਤੇ ਜਿਹੜੇ ਹਿਸਾਬ ਨਾਲ ਘੋੜੀ ਦੀਆਂ ਬਣਤਰਾਂ ਚੰਗੀਆਂ ਨੇਗੀਆਂ ਤੇ ਚੰਗੇ ਘੋੜੇ ਅਰਜਨ ਰੌਲੀ ਵਾਲੇ ਤੋਂ ਗੱਬਣਾ ਇਹ ਉਸ ਹਿਸਾਬ ਨਾਲ ਬਾਈ ਨੇ ਇਹਦਾ ਰੇਟ ਵੀ ਜਾਇਜ਼ ਮੁੱਲ ਕਰਦਾ ਬਾਈ ਇਹਦਾ 170000 ਰੁਪਿਆ ਡਿਮਾਂਡ ਆ ਦੋਸਤੋ ਇਹਦੀ ਜਿਹੜਾ ਮੁੱਲ ਕਰਦੇ ਆ ਬਾਈ ਸੁਖਦੀਪ ਹੋਣੀ 170000 ਰੁਪਿਆ ਮੁੱਲ ਆ ਬਾਕੀ ਮੌਕੇ ਤੇ ਐਡਜਸਟਮੈਂਟ ਹੋ ਜਾਊਗੀ ਜਦੋਂ ਸੌਦਾ ਰਲੂਗਾ ਕਿਸੇ ਵੀਰ ਦੇ ਨਾਲ ਤੇ ਰੰਗ ਬੰਨ ਘੋੜੀ ਦਾ ਬਹੁਤ ਪਿਆਰਾਗਾ ਸਾਊ ਠੰਡੀ ਸੀਲ ਆ ਜਿਵੇਂ ਮਰਜ਼ੀ ਜਵਾਕ ਖੋਲੀ ਫਿਰਨ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਸਵਾਰੀ ਦੀ ਪਾਸ ਆ ਦੋਸਤੋ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਅਰਜਨ ਰੌਲੀ ਵਾਲੇ ਘੋੜੇ ਤੋਂ ਤੇ ਬਾਈ ਸੁਖਦੀਪ ਦਾ ਕੰਟੈਕਟ ਨੰਬਰ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆ 94171 45511 ਤੇ ਪਿੰਡ ਦਾ ਜਿਹੜਾ ਐਡਰੈਸ ਆ ਤੁਹਾਨੂੰ ਮੈਂ ਦੱਸ ਦਿੰਨਾ ਕਈ ਵਾਰੀ ਦੂਰੋਂ ਨੇੜੇੋਂ ਬੰਦਾ ਚੱਲ ਕੇ ਆਉਂਦਾ ਮੋਗੇ ਤੋਂ ਪਿੱਛੇ ਜਿਹੜਾ ਬੁੱਗੀਪੁਰਾ ਚੌਕ ਬਾਈਦਾਗਾ ਉੱਥੋਂ ਛੜ ਕੇ ਜਾਂਦੀ ਆਗੀ ਪੁਲ ਦੇ ਹੇਠੋਂ ਦੀ ਤਲਵੰਡੀ ਪੰਘੇਰੀਆਂ ਪਿੰਡ ਨੂੰ ਪਹਿਲਾਂ ਤੁਹਾਨੂੰ ਉੱਥੇ ਜਾਣਾ ਪੈਣਾ ਪੁਲ ਦੇ ਹੇਠੋਂ ਦੀ ਤੇ ਉਦੋਂ ਅੱਗੇ ਸਿੱਧੀ ਤਲਵੰਡੀ ਪੰਘੇਰੀਆਂ ਪਿੰਡ ਤੋਂ ਛੜ ਕੇ ਜਾਂਦੀ ਆ ਤਤਾਰੀਏ ਵਾਲੇ ਨੂੰ ਜਿੱਥੇ ਇਹ ਘੋੜੀ ਖੜੀ ਆ ਦੋਸਤੋ ਸੋ ਬਾਈ ਸੁਖਦੀਪ ਨੂੰ ਫੋਨ ਲਾ ਲਿਓ ਤੇ ਜਿਹੜੇ ਕੋਈ ਚਾਹਵਣ ਸੱਜਣੇ ਇਸ ਰੰਗ ਦੀ ਘੋੜੀ ਖਰੀਦਣਾ ਚਾਹੁੰਦੇ ਆ ਜਾਂ ਜਿਨ੍ਹਾਂ ਨੂੰ ਆਏ ਆ ਵੀ ਕੋਈ ਘੋੜੀ ਸਾਨੂੰ ਅਰਜਨ ਰੌਲੀ ਵਾਲੇ ਤੋਂ ਗੱਬਣ ਮਿਲੇ ਚੈੱਕ ਪਾਸ ਮਿਲੇ ਸੋ ਉਹਨਾਂ ਵਾਸਤੇ ਘੋੜੀ ਚੰਗੀ ਆ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਕਾਦੇ ਦਾ 60 ਇੰਚਾ ਸਾਢੇ 4 ਤੋਂ ਪੌਣੇ 1.5 ਸਾਲਾਂ ਦੇ ਵਿੱਚ ਵਿੱਚ ਇਸ ਘੋੜੀ ਦੀ ਉਮਰ ਆ ਦੋਸਤੋ ਅਗਲੀ ਵਾਰੀ ਫਿਰ ਕਿਸੇ ਨਵੀਂ ਵੀਡੀਓ ਨੂੰ ਲੈ ਕੇ ਆਵਾਂਗੇ ਤਦ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਾਰਿਆਂ ਦਾ